ਆਪਾਂ ਬੱਕਰੀ ਵਾਲੇ ਨੂੰ ਕਮਾਈ ਕਿੱਥੋਂ ਹੁੰਦੀ ਹੈ ਜਿਹੜਾ ਆਪਣੇ ਨਵਾਂ ਬੱਚਾ ਆਊਗਾ ਉਹਦੇ 'ਚ ਆਪਾਂ ਕੀ ਕਰਦੇ ਹਾਂ ਜਿਹੜਾ ਮੇਲ ਹੁੰਦਾ ਉਹਨੂੰ ਵੇਚ ਲੈਂਦੇ ਹਾਂ ਜਿਹੜਾ ਫੀਮੇਲ ਹੁੰਦੀ ਹੈ ਉਹਨੂੰ ਆਪਾਂ ਰੱਖ ਕੇ ਆਪਣਾ ਅੱਗੇ ਬੱਕਰੀਆਂ ਆਪਣੀ ਕਾਊਂਟਿੰਗ ਵਧਾ ਲੈਂਦੇ ਠੀਕ ਹੈ ਜੀ ਉਹਦੇ ਬਾਅਦ ਹੁੰਦਾ ਕਿ ਆਪਾਂ ਬਰੀਡਰ ਕਿੱਦਾਂ ਸਿਲੈਕਟ ਕਰਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਆਪਾਂ ਕਈ ਲੋਕ ਤੁਰਦੇ ਤੁਸੀਂ ਆ ਗਏ ਮੇਰੇ ਕੋਲ ਮੇਰਾ ਬਰੀਡਰ ਕਾਮੀ ਹੋ ਗਈ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਤੁਸੀਂ ਕਿਹਾ ਜੀ ਮੈਨੂੰ ਤਾਂ ਬਰੀਡਰ ਚਾਹੀਦਾ ਵਧੀਆ ਮੈਂ ਕਿਹਾ ਲਓ ਜੀ ਮੇਰਾ ਬਰੀਡਰ ਤਾਂ 1,00,000 ਰੁਪਏ ਦਾ ਤੁਸੀਂ ਲੈ ਆਏ ਉਹਨੇ ਕੁਛ ਕੀਤਾ ਨਹੀਂ 1,00,000 ਰੁਪਇਆ ਤੁਹਾਡਾ ਗਿਆ ਤੁਸੀਂ ਕਿੰਨੇ ਮਹੀਨੇ ਪਿੱਛੇ ਚਲੇ ਇਹ ਧਿਆਨ ਰੱਖਾਂਗੇ ਔਰ ਉਹਦੇ ਬਾਅਦ ਤੁਸੀਂ ਬੱਕਰੀ ਤੋਂ ਬੱਚੇ ਲੈਣੇ ਕਿਹੜੇ ਕਿਹੜੇ ਸੀਜ਼ਨ 'ਚ ਤਾਂ ਕਿ ਬੱਕਰੀ ਦਾ ਬੱਚਾ ਮਰੇ ਹੀ ਨਾ ਬੱਕਰੀ ਦਾ ਬੱਚਾ ਜਿਹੜਾ ਮਰਦਾ ਬਹੁਤ ਗਰਮੀ ਹੋਵੇ ਉਦੋਂ ਮਰਦਾ ਬਹੁਤ ਬਰਸਾਤ ਹੋਵੇ ਉਦੋਂ ਮਰਦਾ ਬਹੁਤ ਜ਼ਿਆਦਾ ਠੰਡ ਹੋਵੇ ਉਦੋਂ ਮਰਦਾ ਠੀਕ ਹੈ ਔਰ ਜੇ ਉਹਨੂੰ ਤੁਸੀਂ ਆਪਾਂ ਇੱਕ ਟਾਈਮ ਹੈਗਾ ਆਪਣੇ ਕੋਲ ਅਗਰ ਆਪਾਂ ਉਸ ਟਾਈਮ ਉਹਨੂੰ ਬਰੀਡਿੰਗ ਕਰਾਉਂਦੇ ਹਾਂ ਆਪਣਾ ਬੱਚਾ ਆਉਂਦਾ ਅਤੇ ਉਹ ਟਾਈਮ ਤੁਹਾਨੂੰ ਮੈਂ ਪ੍ਰੋਪਰ ਸਮਝਾਊਂਗਾ ਔਰ ਉਹਦੇ ਬਾਅਦ ਵੈਕਸੀਨ ਦੀ ਜਿਹੜੀ ਪ੍ਰੋਪਰ ਡਿਟੇਲ ਆ ਵੈਕਸੀਨ ਦੀ ਡਿਟੇਲ ਦਾ ਮਤਲਬ ਹੈ ਕਿ ਤੁਸੀਂ ਕਿੱਦਾਂ ਪਛਾਣੋਗੇ ਜੀ ਮੇਰੀ ਬੱਕਰੀ ਨੂੰ ਪੀ ਪੀ ਆਰ ਆ ਗਈ ਮੇਰੀ ਬੱਕਰੀ ਨੂੰ ਈ ਪੀ ਆ ਗਈ ਮੇਰੀ ਬੱਕਰੀ ਨੂੰ ਕੋਈ ਵੀ ਦਿੱਕਤ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਫਿਰ ਜਿਹੜੀ ਆਪਾਂ ਤੁਸੀਂ ਆਪਾਂ ਦੇਖਿਆ ਹੋਗਾ ਆਪਾਂ ਜਦੋਂ ਐਡ ਪਾਈ ਸੀ ਨਾ ਵਿਗਿਆਨਿਕ ਗੋਟ ਟ੍ਰੇਨਿੰਗ ਸਾਇੰਟਿਫਿਕ ਗੋਟ ਟ੍ਰੇਨਿੰਗ ਉਹ ਸਾਡਾ ਪਰਪਸ ਇਹ ਹੁੰਦਾ ਕਿ ਅਸੀਂ ਤੁਹਾਡਾ ਪੈਸਾ ਬਹੁਤ ਥੋੜ੍ਹਾ ਲੱਗੇ ਤੁਸੀਂ ਬਾਜ਼ਾਰੋਂ ਥੋੜ੍ਹੇ ਤੋਂ ਥੋੜ੍ਹਾ ਸਮਾਨ ਖਰੀਦੋ ਜੋ ਕਰੋ ਆਪਣੇ ਕਰੋ ਕੈਲਸ਼ੀਅਮ ਤੁਸੀਂ ਲੈਣ ਜਾਂਦੇ ਹਾਂ ਬਾਜ਼ਾਰੋਂ ਤੁਹਾਨੂੰ 200-250 ਰੁਪਏ ਦਾ ਕੈਲਸ਼ੀਅਮ ਦਿੰਦੇ ਆ ਕਿਲੋ ਮੈਂ ਤਾਂ 200-250 ਇੱਦਾਂ ਹੁੰਦਾ ਮੈਂ ਕਦੇ ਖਰੀਦਿਆ ਨਹੀਂ ਉਹਦੇ 'ਚ ਕੀ ਹੈ ਉਹਦੇ 'ਚ ਤੁਸੀਂ ਦੇਖੋਗੇ ਤਾਂ ਉਹਦੇ 'ਤੇ ਕੈਲਸ਼ੀਅਮ ਦੀ ਮਾਤਰਾ ਲਿਖੀ ਹੁੰਦੀ ਹੈ ਜੀ ਕੈਲਸ਼ੀਅਮ ਸਿਰਫ ਇੰਨਾ ਹੀ ਹੈ ਉਹ ਤੁਹਾਨੂੰ ਮੈਂ ਦੱਸੂੰਗਾ ਕੈਲਸ਼ੀਅਮ ਘਰੇ ਬਣਾਓ 5-10 ਰੁਪਏ ਲੀਟਰ ਪੈਂਦਾ ਸਿਰਫ ਕੰਮ ਉਹਦੇ ਨਾਲੋਂ ਜ਼ਿਆਦਾ ਵਧੀਆ ਕਰੂਗਾ ਘੱਟ ਨਹੀਂ ਕਰੂਗਾ ਠੀਕ ਹੈ ਇੱਕ ਜਿੱਦਾਂ ਤੁਹਾਡੇ ਕੋਲ ਨੀਰਾ ਮੁੱਕ ਗਿਆ ਹੁਣ ਤੁਸੀਂ ਨੀਰਾ ਸਪੋਜ਼ ਨੀਰਾ ਦਾ ਟਾਈਮ ਹੈ ਉਹਦਾ ਦੀਵਾਲੀ ਦੇ ਆਸ ਪਾਸ ਦਾ ਟਾਈਮ ਹੈ ਨਵੰਬਰ ਦੇ ਕਰੀਬ ਨਵੰਬਰ ਦੇ ਕਰੀਬ ਹੀ ਮਿਲਦਾ ਨਾ ਨੀਰਾ ਹੁਣ ਤੁਸੀਂ ਅੱਜ ਮੁੱਕ ਗਿਆ ਨੀਰਾ ਹੁਣ ਅੱਜ ਲੈਣ ਜਾਓਗੇ ਤੁਹਾਨੂੰ ਕੀ ਭਾਅ ਮਿਲੂਗਾ ਤੁਹਾਡੇ ਕੋਲ ਤੂੜੀ ਹੈਗੀ ਹੈ ਘਰੇ ਹੁੰਦੀ ਹੈ ਸਭ ਦੀ ਉਹਨੂੰ ਆਪਾਂ ਕਰਾਂਗੇ ਟ੍ਰੀਟਮੈਂਟ ਉਹਦਾ ਉਹ ਤੁਹਾਨੂੰ ਸਾਈਲੇਜ ਦੇ ਨਾਲੋਂ ਜ਼ਿਆਦਾ ਬੈਟਰ ਕੰਮ ਕਰੇਗੀ ਨੋਰਮਲ ਤੂੜੀ 'ਚ ਪ੍ਰੋਟੀਨ ਹੁੰਦਾ 3-4% ਜਿੱਦਾਂ ਹੀ ਆਪਾਂ ਯੂਰੀਆ ਟ੍ਰੀਟਮੈਂਟ ਕਰਦੇ ਹਾਂ ਇਹਦੀ ਪਰਸੈਂਟੇਜ ਪ੍ਰੋਟੀਨ ਦੀ ਹੋਰ ਸਭ ਫਾਈਬਰ ਦੀ ਉਹ ਪਹੁੰਚ ਜਾਂਦੀ ਹੈ 10-12% ਅਤੇ 10-12% ਜਿਹੜੀ ਤੂੜੀ ਅਗਰ ਤੁਸੀਂ ਹੁਣ ਖਿਲਾਉਂਗੇ ਨੋਰਮਲ ਉਹ 25-30% ਬੱਕਰੀ ਰੱਖੇਗੀ ਬਾਕੀ ਸਭ ਬਾਹਰ ਹੁਣ ਜਦੋਂ ਤੁਸੀਂ ਯੂਰੀਆ ਟ੍ਰੀਟਮੈਂਟ ਇਹਦਾ ਕਰੋਗੇ ਜੋ ਮੈਂ ਤੁਹਾਨੂੰ ਦੱਸੂੰਗਾ ਉਹ ਬੱਕਰੀ 70% ਆਪਣੇ ਕੋਲ ਰੱਖੇਗੀ 20% ਬਾਹਰ ਕੱਢੂਗੀ ਇੱਕ ਆਪਾਂ ਪਲਾਉਂਦੇ ਹਾਂ ਤੇਲ ਕਈ ਲੋਕ ਡਾਲਡਾ ਵੀ ਪਲਾਉਂਦੇ ਜਿਹੜੀ ਬੱਕਰੀ ਤੁਸੀਂ ਆਪਣੇ ਫਾਰਮ ਵਿੱਚ ਰੱਖਣੀ ਹੈ ਉਹਨੂੰ ਜੇ ਤੁਸੀਂ ਡਾਲਡਾ ਦਿੰਦੇ ਹੋ ਤੇਲ ਦਿੰਦੇ ਹੋ ਰੈਗੂਲਰ ਬੇਸਿਸ 'ਤੇ ਅਤੇ ਉਹ ਬੱਕਰੀ ਮਾਰਨ ਵਾਲੀ ਗੱਲ ਹੈ ਉਹ ਸਜ਼ਾ ਹੀ ਦਿੰਦੇ ਤੁਸੀਂ ਬੱਕਰੀ ਨੂੰ ਬੱਕਰੀ ਠੀਕ ਨਹੀਂ ਰਹਿੰਦੀ ਜੇ ਤੁਸੀਂ ਘਿਓ ਦੇ ਤਾ ਤਾਂ ਸਮਝ ਲਓ ਤੁਹਾਡੀ ਬੱਕਰੀ ਜਾਂ ਬੱਕਰਾ ਕਿਸੇ ਕੰਮ ਦਾ ਨਹੀਂ ਸਿਕੰਦਰ ਦਾ ਬੱਕਰਾ ਮਰਿਆ ਸੀ ਕੌਣ ਕੌਣ ਜਾਣਦਾ ਕੋਈ ਨਹੀਂ ਟੌਪ ਦਾ ਬੱਕਰਾ ਸੀ ਉਹਦਾ ਫੁੱਲੇ ਵਾਲਾ ਮੇਲਾ ਹੁੰਦਾ ਉਹਨੇ ਉਹਦੇ 'ਚ ਪਾਉਣਾ ਸੀਗਾ ਉਹ ਤਿਆਰੀ 'ਚ ਲੱਗ ਗਿਆ ਫੁੱਲੇ ਵਾਲਾ ਮੇਲਾ ਮੇਰੇ ਖਿਆਲ ਜੇ ਪੰਜਾਬ ਦੇ ਬੰਦੇ ਜਿਹੜੇ ਹੈਗੇ ਆ ਮੇਰੇ ਖਿਆਲ ਸ਼ਾਇਦ ਕੋਈ ਹੋਊਗਾ ਜਿਹਨੂੰ ਨਹੀਂ ਪਤਾ ਪੰਜਾਬ ਦਾ ਸਭ ਤੋਂ ਟੌਪ ਦਾ ਮੇਲਾ ਹੁੰਦਾ ਟੌਪ ਮੇਲਾ ਕਹਿ ਲਓ ਕੰਪੀਟੀਸ਼ਨ ਕਹਿ ਲਓ ਬੱਕਰੀਆਂ ਦਾ ਉਹ ਸਮਝ ਲਓ ਫਰਵਰੀ ਲਾਸਟ ਔਰ ਮਾਰਚ ਦੇ ਸ਼ੁਰੂ 'ਚ ਲਾ ਠੀਕ ਹੈ ਰਾਜਵੀਰ ਵੀ ਮੈਂਬਰ ਹੈ ਮੈਂ ਵੀ ਉਹਦਾ ਮੈਂਬਰ ਹੈ ਅਸੀਂ ਲੋਕ ਔਰਗਨਾਈਜ਼ ਕਰਦੇ ਹਾਂ ਹੋਰ ਵੀ 20-22 ਜਾਣੇ ਅਸੀਂ ਹੈਗੇ ਹਾਂ ਟੋਟਲ ਉਹ ਔਰਗਨਾਈਜ਼ ਕਰਦੇ ਹਾਂ ਦੂਜਾ ਉਹਨੇ ਸਿਕੰਦਰ ਨੇ ਕੀ ਕੀਤਾ ਉਹਨੇ ਘਿਓ ਚਾੜਨਾ ਸ਼ੁਰੂ ਕਰ 15ਵੇਂ ਦਿਨ ਉਹਦਾ ਬੱਕਰਾ ਮਰ ਗਿਆ ਸੀ 15ਵੇਂ ਦਿਨ 7,00,000 ਰੁਪਈਆ ਮੁੱਲ ਲੱਗਾ ਸੀ ਉਸ ਬੱਕਰੇ ਦਾ ਉਹਨੇ ਨਹੀਂ ਵੇਚਿਆ ਸੀ ਅਤੇ ਹੁਣ ਕੀ ਭਾਅ ਰਹਿ ਗਿਆ ਅਤੇ
ਇਹ ਜਿਹੜੇ ਆਪਾਂ ਪੁਰਾਣੇ ਲੋਕੀ ਕੰਮ ਕਰਦੇ ਆ ਨਾ ਉਹ ਤੁਹਾਨੂੰ ਕਹਿਣਗੇ ਜੀ ਇਹ ਕਰੋ ਉਹ ਕਰੋ। ਜੋ ਮੈਂ ਪੜ੍ਹਾਈ ਕੀਤੀ ਹੈ ਸੀ ਆਈ ਆਰ ਦੀ ਮਥੁਰਾ, ਉਹ ਜਿਹੜਾ ਰਿਸਰਚ ਸੈਂਟਰ ਗੋਟ ਬੱਕਰੀਆਂ ਦਾ ਹੋਰ ਭੇਡਾਂ ਦਾ ਹੈਗਾ ਉਹ ਹਿੰਦੁਸਤਾਨ ਦਾ ਨਹੀਂ ਪੂਰੇ ਏਸ਼ੀਆ ਦਾ ਸਭ ਤੋਂ ਵੱਡਾ। ਉੱਥੇ ਲੱਖਾਂ ਰੁਪਈਆ ਖਰਚ ਹੁੰਦਾ ਰਿਸਰਚ 'ਤੇ, ਉਹਦੇ ਬਾਅਦ ਉਹ ਤੁਹਾਨੂੰ ਦੱਸਦੇ ਆ ਤੁਸੀਂ ਇਹ ਕਰਨਾ ਉਹ ਕਰਨਾ ਨਹੀਂ ਕਰਨਾ। ਇੱਕ ਆਪਣੇ ਪੰਜਾਬ ਹੋੜ ਲੱਗੀ ਹੋਈ ਹੈ ਜੀ, ਉਹ ਮੇਰਾ ਬੱਕਰਾ 1.5 ਕੁਇੰਟਲ ਦਾ, ਮੇਰਾ ਬੱਕਰਾ 1.25 ਕੁਇੰਟਲ ਦਾ, ਮੇਰਾ ਬੱਕਰਾ 200 ਕਿਲੋ ਦਾ। ਮੋਟਾ ਬੰਦਾ ਮੋਟੀ ਜਨਾਨੀ ਆਪਾਂ ਬੰਦਿਆਂ 'ਚ ਲੈ ਲਈਏ, ਠੀਕ ਹੈ, ਸੋਰੀ ਜੀ ਬਸੇ। ਜੋ ਉਹ ਕੀ ਹੁੰਦਾ ਉਹ ਕਿਸੇ ਵੀ ਨਹੀਂ, ਇਹਨਾਂ ਲਈ ਨਹੀਂ ਹੈ, ਸਾਰੀਆਂ ਬੀਬੀਆਂ ਤੋਂ ਮਾਫ਼ੀ ਮੰਗੀ ਉਹਨਾਂ ਵੱਲਾਂ, ਦੇਖੋ ਸਿਰਫ ਵਰਡਸ ਕਰਕੇ ਵਰਡਸ ਕਰ ਆਪਣੀ। ਮੋਟਾ ਬੰਦਾ ਮੀਟਿੰਗ ਦੇ ਟਾਈਮ ਨਹੀਂ ਪਰਫੋਰਮ ਕਰ ਪਾਉਂਦਾ, ਬੱਚਾ ਹੀ ਨਹੀਂ ਹੁੰਦਾ। ਸੇਮ ਉਹੀ ਮੋਟੀ ਜਨਾਨੀ ਨਾਲ ਹੈ, ਉਹੀ ਸੇਮ ਮੋਟੀ ਬੱਕਰੀ ਨਾਲ, ਜਿਹੜਾ ਅੰਦਰ ਬੱਚੇਦਾਨੀ ਹੁੰਦੀ ਹੈ ਉਹਦੇ 'ਤੇ ਚਰਬੀ ਆ ਜਾਂਦੀ ਹੈ। ਜਦੋਂ ਚਰਬੀ ਆ ਜਾਂਦੀ ਹੈ ਬੱਚਾ ਬੱਕਰੀ ਕਨਸੀਵ ਹੀ ਨਹੀਂ ਕਰੇਗੀ, ਜਦ ਨਹੀਂ ਕਨਸੀਵ ਕਰੇਗੀ ਤਾਂ ਬੱਚਾ ਕਿੱਥੋਂ ਦੇਗੀ। ਅਤੇ ਬੱਕਰਾ ਜੇ ਅਗਰ ਤੁਸੀਂ 150 ਕਿਲੋ ਦਾ ਕਰਨਾ, 200 ਕਿਲੋ ਦਾ ਕਰਨਾ, ਤਾਂ ਮੱਝ ਦਾ ਕੱਟਾ ਲੈ ਲਓ, ਉਹ ਪਾਲ ਲਓ, ਜ਼ਿਆਦਾ ਬੱਕਰਾ ਨਾ ਪਾ, ਉਹ ਬੱਕਰੇ ਨੂੰ ਵੀ ਮਾਰਨ ਵਾਲੀ ਗੱਲ ਹੈ। ਮੇਰਾ ਆਪਣਾ ਫਾਰਮ ਹੈ, ਮੇਰੇ ਕੋਲ 5 ਬਰੀਡਰ ਹੈ, 85 ਕਿਲੋ ਤੋਂ ਉੱਪਰ ਇੱਕ ਬਰੀਡਰ ਨਹੀਂ ਮਿਲੇਗਾ, ਜਿੱਦਣ ਜਦੋਂ ਉੱਪਰ ਜਾਂਦਾ ਉਹਦੀ ਖੁਰਾਕ ਘਟਾ ਕੇ ਅਸੀਂ ਵਾਪਸ ਕਰਨ। ਮੈਂ ਜੇ ਮੈਂ ਤੁਹਾਡਾ ਬੱਕਰਾ ਕਰਾ ਸਕਦਾ ਕੁਰਬਾਨੀ ਵਾਲਾ ਬੱਕਰਾ ਮਹੀਨੇ 'ਚ 1.5 ਕੁਇੰਟਲ ਦਾ, ਮੈਂ ਆਪਣਾ ਵੀ ਕਰ ਸਕਦਾ, ਮੈਂ ਨਹੀਂ ਕਰਦਾ। ਦੇਖੋ ਹੋਏਗੀ ਫੋਟੋ ਮੈਂ ਤੁਹਾਨੂੰ ਦਿਖਾ ਦੂੰਗਾ, ਮੇਰੇ 85 ਕਿਲੋ ਤੋਂ ਉੱਪਰ 86 ਕਿਲੋ ਵੀ ਨਹੀਂ ਜਾਣ ਦਿੰਦਾ ਮੈਂ ਆਪਣੇ ਬੱਕਰੇ, ਠੀਕ ਹੈ ਜੀ। ਫਿਰ ਆਪਾਂ ਕਰਾਂਗੇ ਲੋਨ ਦੀ ਗੱਲ, ਜਿਹਦੇ ਲਈ ਮੈਕਸੀਮਮ ਆਪਾਂ ਹੈਗੇ, ਆਪਾਂ ਕਿਹੜੇ ਕਿਹੜੇ ਲੋਨ ਹੈ, ਕਿੱਦਾਂ ਉਹਨੂੰ ਅਪਲਾਈ ਕਰਨਾ, ਬੈਂਕ ਮੈਨੇਜਰ ਕੋਲ ਜਾਣਾ ਉਹਦੇ ਨਾਲ ਕਿੱਦਾਂ ਗੱਲ ਕਰਨੀ ਹੈ, ਗੱਲ ਕਰਨ ਜਾਣਾ ਤਾਂ ਆਪਾਂ ਕੀ ਲੈ ਕੇ ਜਾਣਾ, ਠੀਕ ਹੈ। 3 ਸਕੀਮਾਂ ਹੈਗੀਆਂ ਉਹਦੇ 'ਚੋਂ ਇੱਕ ਸਕੀਮ ਤਾਂ ਉਹ ਆ ਜਿਹੜੀ ਆਪਾਂ ਅਗਰ 10ਵੀਂ 'ਚ ਐਨੀਮਲ ਹਸਬੈਂਡਰੀ ਦੇ ਨਾਲ ਕੋਈ ਸਬਜੈਕਟ ਹੈਗਾ ਫਿਰ ਤੁਸੀਂ ਉਹਦੇ 'ਚ ਅਪਲਾਈ ਕਰ ਸਕਦੇ ਹੋ। ਜੇ ਉਹ ਤੁਹਾਡੇ ਕੋਲ ਉਹ ਸਬਜੈਕਟ ਨਹੀਂ ਹੈ ਤਾਂ ਤੁਸੀਂ ਉਹਦੇ 'ਚ ਅਪਲਾਈ ਵੀ ਨਹੀਂ ਕਰ ਸਕਦੇ, ਅਤੇ ਉਹ ਆਪਾਂ ਮੈਂ ਦੱਸ ਦਊਂਗਾ ਪਰ ਆਪਾਂ ਉਹਨੂੰ ਛੱਡ ਦਾਂਗੇ। ਕਿਉਂਕਿ ਖੇਤੀਬਾੜੀ ਵਿਸ਼ਾ ਹੁੰਦਾ ਸਰ, ਹੈਂ 10ਵੀਂ ਜਿਵੇਂ ਖੇਤੀਬਾੜੀ ਵਿਸ਼ਾ ਹੁੰਦਾ ਸੀ, ਐਗਰੀਕਲਚਰ ਐਨੀਮਲ ਹਸਬੈਂਡਰੀ ਦੇ ਹਿਸਾਬ ਨਾਲ ਇੱਕ ਸਬਜੈਕਟ ਹੈ, ਮੈਂ ਹੁਣ ਦੱਸ ਦੂੰਗਾ ਤੁਹਾਨੂੰ, ਉਹ ਹੋਣਾ ਜ਼ਰੂਰੀ ਹੈ, ਉਹੀ ਬੰਦਾ ਉਹਦੇ 'ਚ ਲੋਨ ਅਪਲਾਈ ਕਰ ਸਕਦਾ, ਠੀਕ ਹੈ। ਬਸ ਇਹ ਚੀਜ਼ਾਂ ਇੱਕ ਦੋ, ਜਿੱਦਾਂ ਹੁਣ ਮੈਂ ਤੁਹਾਨੂੰ ਤੇਲ ਮਨਾ ਕਰ ਰਿਹਾ, ਇੱਕ ਤੇਲ ਬਣਦਾ ਜਿੱਦਾਂ ਤੁਸੀਂ ਦੇਖਿਆ ਹੁਣ ਗਰਮੀਆਂ 'ਚ ਸਰਦੀਆਂ 'ਚ ਬੱਕਰੀ ਦਾ ਬੁਖਾਰ ਲੋ ਹੋ ਜਾਂਦਾ, ਉਹਦੇ ਨਾਲ ਬਹੁਤ ਮੌਤਾਂ ਹੁੰਦੀਆਂ। ਮੈਨੂੰ ਮੇਰੇ ਖਿਆਲ ਨਾਲ ਜਦੋਂ ਸਰਦੀਆਂ ਆਉਂਦੀਆਂ ਉਦੋਂ ਜੇ ਪੰਜਾਬ ਤੋਂ 100 ਫੋਨ ਆਉਂਦਾ, 90 ਇਸ ਲਈ ਆਉਂਦਾ ਜੀ ਬੱਚੇ ਬੱਕਰੀ ਦਾ ਬੁਖਾਰ 98 ਹੋ ਗਿਆ, 97 ਹੋ ਗਿਆ, 94 ਹੋ ਗਿਆ, ਠੀਕ ਹੈ। ਉਹ ਇੱਕ ਅੱਧੀ ਚੀਜ਼ ਹੈ, ਉਹ ਆਪਾਂ ਬਣਾਈ ਹੋਈ ਹੈ, ਤੁਹਾਨੂੰ ਦੱਸ ਦਾਂਗੇ, ਬਣਾਓ, ਕੋਈ ਖਰਚਾ ਨਹੀਂ, ਹਫ਼ਤੇ 'ਚ 2 ਦਿਨ ਦੇਣਾ 1 ਚਮਚ, ਤੁਹਾਡੀ ਬੱਕਰੀ ਨਾ ਬਿਮਾਰ ਹੋਊ ਨਾ ਉਹਨੂੰ ਕੁਛ ਹੋਊਗਾ ਗਰਮੀਆਂ 'ਚ।